ਅੱਜ ਆਪਾਂ ਵੀਕਲੀ ਸ਼ੀਟ ਕੰਪੀਟੈਂਸੀ ਨੰਬਰ 3 ਕਰਨੀ ਹੈ 4। ਕੱਲ ਨੂੰ ਆਪਾਂ 4 ਦੇ ਪਹਿਲੇ 8 ਕੁਐਸਚਨ ਕੀਤੇ ਸੀ, ਅੱਜ 9 ਤੋਂ ਲੈ ਕੇ ਅੱਗੇ 15 ਤੱਕ ਕਰਨੇ ਆ 7 ਕੁਐਸਚਨ। ਠੀਕ ਹੈ ਜੀ, ਫਿਰ ਇਹ ਸ਼ੀਟ ਹੋ ਜੂਗੀ ਖਤਮ। ਹੁਣ 9ਵਾਂ ਕੁਐਸਚਨ ਕੀ ਹੈ, ਜੇਕਰ ਐਕਸ ਅਤੇ ਵਾਈ ਦੇ ਗੈਰ ਸਿਫਰ ਧਨਾਤਮਕ ਪਰਿਮੇਯ ਸੰਖਿਆਵਾਂ ਹਨ ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਹਮੇਸ਼ਾ ਸਹੀ ਹੈ। ਮਤਲਬ ਕਹਿੰਦਾ ਐਕਸ ਅਤੇ ਵਾਈ, ਐਕਸ ਤੇ ਵਾਈ ਕਿੱਦਾਂ ਦੇ ਨੰਬਰ ਹੈ, ਦੋ ਗੈਰ ਸਿਫਰ। ਗੈਰ ਸਿਫਰ ਦਾ ਮਤਲਬ ਕੀ ਹੋਇਆ, ਹਾਂ ਬਿਨਾਂ ਜੀਰੋ ਵਾਲੇ, ਮਤਲਬ ਐਕਸ ਤੇ ਵਾਈ ਜੀਰੋ ਨਹੀਂ ਹੈ। ਪਰ ਹੈ ਕਿ ਧਨਾਤਮਕ, ਗੈਰ ਸਿਫਰ ਮਤਲਬ ਜੀਰੋ ਨਹੀਂ ਹੋਣਾ ਚਾਹੀਦਾ। ਧਨਾਤਮਕ ਦਾ ਮਤਲਬ ਇੰਗਲਿਸ਼ ਚ ਦੇਖੋ ਪੋਜ਼ਿਟਿਵ ਕੀ ਮਤਲਬ, ਪਲੱਸ ਦੀ ਨਿਸ਼ਾਨ ਵਾਲੀਆਂ ਰਕਮਾਂ, ਮਾਈਨਸ ਵਾਲੀਆਂ ਨਹੀਂ। ਉਸ ਤੋਂ ਬਾਅਦ ਪਰਿਮੇਯ ਸੰਖਿਆਵਾਂ ਹੋਣੀਆਂ ਚਾਹੀਦੀਆਂ, ਕੋਈ ਵੀ ਨੰਬਰ ਜਿਹੜਾ ਪਲੱਸ ਵਾਲਾ ਹੋਵੇ ਤੇ ਜੀਰੋ, ਕੋਈ ਵੀ ਲਓ ਉਦਾਹਰਨ 3 ਲੈ ਲਈ, ਵਾਈ ਮੰਨ ਲਓ 5 ਲੈ ਲਿਆ, ਦੋ ਨੰਬਰ ਲੈ ਲਿਆ। ਹੁਣ ਆਪਾਂ ਦੱਸਣਾ ਕਿ ਇਹਨਾਂ ਵਿੱਚੋਂ ਕਿਹੜੀ ਗੱਲ ਹਮੇਸ਼ਾ ਸਹੀ ਹੋਊਗੀ। ਕੱਲ ਆਪਾਂ ਇੱਕ ਦੂਜਾ ਕੁਐਸਚਨ ਕੀਤਾ ਸੀ, ਉਹਨੇ ਚ ਉਹਨਾਂ ਕਿਹਾ ਸੀ ਕਿ ਦੱਸੋ ਕਿਹੜੀ ਗੱਲ ਹਮੇਸ਼ਾ ਸਹੀ ਨਹੀਂ ਹੋਊਗੀ। ਅੱਜ ਉਲਟਾ ਕਿ ਸਹੀ ਹੋਊਗੀ ਹਮੇਸ਼ਾ। ਹੁਣ ਆਪਾਂ ਏਦਾਂ ਦੇ ਜਦੋਂ ਸਵਾਲ ਆਉਂਦੇ ਆ ਤਾਂ ਹਮੇਸ਼ਾ ਉਦਾਹਰਨ ਲੈ ਕੇ ਕਰੀਦੇ ਤਾਂ ਕਲੈਰਿਟੀ ਆਉਂਦੀ। ਠੀਕ ਹੈ ਜੀ, ਐਕਸ 3 ਲੈ ਲਿਆ, ਵਾਈ 5 ਲੈ ਲਿਆ, ਪਹਿਲਾਂ ਕੀ ਕਰਨਾ, ਮਾਈਨਸ ਐਕਸ ਮਾਈਨਸ ਵਾਈ ਵਟੇ 2 ਕਰਨਾ, ਯਾਨੀ ਕਿ 3 ਮਾਈਨਸ 5 ਵਟੇ 2 ਤਾਂ ਕਿੰਨਾ ਆਇਆ ਜਵਾਬ, ਮਾਈਨਸ 1 ਆਉਂਦਾ ਉਹ ਐਕਸ ਤੇ ਵਾਈ 3 ਤੇ 5 ਦੇ ਵਿਚਕਾਰ ਗਿਣਤੀ ਜਾਂਦਾ, ਮਾਈਨਸ 1 ਨਹੀਂ ਆਉਂਦਾ। ਇਸਦਾ ਮਤਲਬ ਇਹ ਪੁਆਇੰਟ ਗਲਤ ਹੋ ਗਿਆ। ਆਪਾਂ ਨੂੰ ਚਾਹੀਦਾ ਜਿਹੜਾ ਗੱਲ ਹਮੇਸ਼ਾ ਕੀ ਹੋਵੇ, ਸਹੀ। ਹੁਣ ਅੱਗੇ ਗੁਣਾ ਵਾਲਾ ਤਾਂ ਗੁਣਾ ਕਰਕੇ ਦੇਖੀਏ, 3 ਗੁਣਾ 5 ਵਟੇ 2, 5 3 15 ਵਟੇ 2, 15 ਵਟੇ 2 ਕਿੰਨਾ ਆਊਗਾ, ਵਟੇ 2 ਦਾ ਮਤਲਬ ਕੀ ਹੁੰਦਾ, 15 ਦਾ ਕੀ ਕਰਨਾ ਹੈ, ਭਾਗ 2 ਨਾਲ। ਜਾਂ ਆਪਾਂ ਕਹਿ ਦਿੰਦੇ ਹਾਂ 2 ਜੇ ਥੱਲੇ ਹੋਵੇ ਤਾਂ ਇਸਦਾ ਮਤਲਬ ਸਿੱਧਾ ਉੱਕਾ ਪੁੱਕਾ ਕਹਿੰਦੇ ਕਿ 15 ਦਾ ਅੱਧ ਕਰਨਾ। ਜੇ ਵਟੇ 2 ਹੋਵੇ ਹੈ ਤਾਂ ਗੱਲ ਸਹੀ ਕਿ 15 ਨੂੰ 2 ਨਾਲ ਭਾਗ ਕਰਨਾ, ਪਰ ਜੇ ਆਪਾਂ ਉੱਕਾ ਪੁੱਕਾ ਕਰੀਏ ਤਾਂ ਆਪਾਂ ਕਹਿੰਦੇ 15 ਦਾ ਕੀ ਕਰਨਾ ਹੈ, ਅੱਧ। ਤਾਂ 15 ਦਾ ਅੱਧ ਕਿੰਨਾ ਹੋਗਾ, 7.5। ਹੁਣ ਇਹ 7.5 ਨਵਪ੍ਰੀਤ ਬੇਟਾ 3 ਤੇ 5 ਦੇ ਵਿਚਕਾਰ ਗਿਣਤੀ ਜਾਂਦਾ ਨਹੀਂ, ਤਾਂ ਇਹ ਵੀ ਪੁਆਇੰਟ ਕੀ ਹੋ ਗਿਆ, ਗਲਤ। ਹੁਣ ਆ ਗਿਆ 10 ਵਾਲਾ, ਯਾਨੀ ਕਿ ਐਕਸ ਪਲੱਸ ਵਾਈ 3 ਪਲੱਸ 5 ਵਟੇ 2, 5 ਤੇ 3 8 ਵਟੇ 2 ਕਿੰਨਾ ਆ ਗਿਆ ਜਵਾਬ, 4। 3 ਤੇ 5 ਦੇ ਵਿਚਕਾਰ, ਯਾਨੀ ਕਿ ਇਹ ਸਹੀ ਬਣ ਗਿਆ। ਪਰ ਇੱਕ ਵਾਰ ਭਾਗ ਵਾਲਾ ਵੀ ਚੈੱਕ ਕਰ ਲਈਏ, ਹੁਣ 3 ਭਾਗ 5, 3 ਨੂੰ 5 ਦੇ ਭਾੜੇ ਤੇ ਕੀ ਕਰਨਾ, ਭਾਗ ਡਿਵਾਈਡ, ਤੂੰ ਕਿਹੜੀ ਰਕਮ ਅੰਦਰ ਰੱਖੂਗੀ, ਪਹਿਲੀ ਹਮੇਸ਼ਾ ਅੰਦਰ ਰੱਖੀ ਦੀ ਹੈ, ਕਿਉਂਕਿ ਇਹਨੂੰ ਆਪਾਂ ਐਵੇਂ ਲਿਖਦੇ ਤਾਂ ਇੱਦਾਂ ਉੱਪਰਲੀ। ਹੁਣ ਤੇ 5 ਦੇ ਭਾੜੇ ਤੇ 3 ਕੀ ਲਾਉਂਗੀ, ਇੱਥੇ ਕੀ ਲਾਉਂਗੀ, ਕਿੰਨੇ ਨੰਬਰ ਲੈ ਜਾਊਗਾ, ਯਾਨੀ ਕਿ ਜਵਾਬ ਮੇਰਾ 0.6 ਆ ਗਿਆ। 0.6 3 ਤੇ 5 ਦੇ ਵਿਚਕਾਰ ਆਉਂਦਾ ਨਹੀਂ, ਤਾਂ ਇਸਦਾ ਮਤਲਬ ਹਮੇਸ਼ਾ ਕਿਹੜੀ ਗੱਲ ਸਹੀ ਹੋਊਗੀ,
ਪੱਕੀ ਗੱਲ ਹੈ। ਕਰਨਾ ਕਿਹੜਾ ਕੁਸ਼ਚਨ? ਹੇਠ ਦਿੱਤੇ ਵਿਕਲਪਾਂ ਵਿੱਚੋਂ ਕਿਸ ਦਾ ਮੁੱਲ ਸਭ ਤੋਂ ਵੱਧ ਹੈ, ਯਾਨੀ ਕਿ ਇਹਨੂੰ ਹੱਲ ਕਰਨਾ ਤੇ ਸਭ ਤੋਂ ਵੱਧ ਪਤਾ ਕਰਨਾ। ਅੱਛਾ, ਜੇ ਤੁਹਾਨੂੰ ਯਾਦ ਹੋ ਗਿਆ 8ਵੀਂ ਕੀਤਾ ਸੀ ਦਾ ਦਾ ਮਤਲਬ ਕੀ ਹੁੰਦਾ? ਆਫ ਇੰਗਲਿਸ਼ ਕਹਿੰਦੇ ਆ ਮਲਟੀਪਲਾਈ, ਮਲਟੀਪਲਾਈ। ਤਾਂ ਹੁਣ 150 ਦਾ ਦਾ ਮਤਲਬ ਗੁਣਾ 2/3, 3 ਤੇ ਭਾੜੇ ਤੇ 150 ਦੰਦ ਹੈ, 3 ਏਕਮ 3, 3 ਦੇ ਭਾੜੇ 15, 5 ਨੰਬਰ ਤੇ ਨਾ ਪਿਆ, ਪਿਆ ਗੁਣਾ ਕਿੰਨਾ ਹੋਇਆ? 100। ਇਹ ਜਵਾਬ ਆ ਗਿਆ 100। ਇਹ ਵੀ 150 ਦਾ ਦਾ ਮਤਲਬ ਗੁਣਾ 3/5, 5 ਏਕਮ 5, 5 30, 3 90। 150 ਗੁਣਾ 4/5, 5 ਦੇ ਭਾੜੇ ਦੇ 150, 30 ਨੂੰ 4 ਨਾਲ ਗੁਣਾ ਕੀਤਾ 120, ਗੁਣਾ 1/5 ਆ ਗਿਆ, 5 ਦੇ ਭਾੜੇ ਤੇ ਆ 30, 30 ਏਕਮ। ਦੱਸੋ ਕਿਹੜਾ ਵੱਡਾ? 120, 90, 100 ਤੇ 30 ਚੋਂ 120, ਯਾਨੀ ਕਿ ਤੀਜਾ ਪੁਆਇੰਟ। ਅਗਲਾ ਕੁਸ਼ਚਨ ਆ ਗਿਆ 11। -2/5/8 ਨੂੰ ਕਿਸ ਪਰਿਮੇਯ ਸੰਖਿਆ ਨਾਲ ਗੁਣਾ ਕਰੀਏ ਕਿ ਗੁਣਨਫਲ ਕਿੰਨਾ ਆਵੇ? 1। ਪਹਿਲਾਂ ਆਪਾਂ ਇਹਨੂੰ ਹੱਲ ਕਰਨਾ ਆਉਂਦਾ ਰਕਮ ਨੂੰ। -2/5/8 ਨੂੰ ਕਿਵੇਂ ਗੁਣਾ ਹੱਲ ਕਰੀਦਾ? ਵੈਰੀ ਗੁਡ, 8 ਨੂੰ 2 ਨਾਲ ਗੁਣਾ ਕਰੋ ਕਿੰਨਾ ਗਿਆ? 16। 16 'ਚ 5 ਜੋੜੋ 21, ਕਰਕੇ -8 -21/8। ਹੁਣ ਦੱਸੋ ਇਹਨੂੰ ਕਿੰਨੇ ਨਾਲ ਮੈਂ ਗੁਣਾ ਕਰੂੰਗੀ ਕਿ ਜਵਾਬ 1 ਆਊਗਾ? ਹਮੇਸ਼ਾ ਆਪਾਂ ਇੱਕ ਸਵਾਲ ਕੀਤਾ ਸੀ ਇੱਥੇ ਕਿ ਜੇ ਇੱਕ ਰਕਮ ਨੂੰ ਆਉਂਦੇ ਜੋੜਾਤਮਕ ਉਲਟ ਨਾਲ ਜੋੜੀਏ ਤਾਂ ਜਵਾਬ ਹਮੇਸ਼ਾ ਕੀ ਆਉਂਦਾ? 0। ਤਾਂ ਜੇ ਕਿਸੇ ਰਕਮ ਨੂੰ ਆਉਂਦੇ ਉਲਟ ਨਾਲ ਗੁਣਾ ਕਰੀਏ ਤਾਂ ਹਮੇਸ਼ਾ ਜਵਾਬ ਕਿੰਨਾ ਹੋਊਗਾ? 1। ਹੁਣ ਆਹ ਰਕਮ ਹੈ, ਇਹਦਾ ਉਲਟ ਕਿੰਨਾ ਬਣੂਗਾ? 8/ -8/21 ਬਣੂਗਾ। ਤਾਂ 8 ਨੂੰ 8 ਦੇ ਭਾੜੇ ਤੇ ਕੱਟਿਆ ਗਿਆ, 21, 21 ਦੇ ਭਾੜੇ ਤੇ ਮਾਈਨਸ ਮਾਈਨਸ ਪਲੱਸ ਤੇ ਕਿੰਨਾ ਰਹਿ ਗਿਆ? 1। ਤਾਂ ਕਿਹੜੀ ਰਕਮ ਨਾਲ ਗੁਣਾ ਕਰਨ ਦੀ ਇੱਕ ਆਇਆ? -8/20। ਸਮਝ ਲੱਗ ਗਈ? ਕਿਸੇ ਰਕਮ ਨੂੰ ਉਹਦੇ ਉਲਟ ਨਾਲ ਗੁਣਾ ਕਰਨ ਤੇ ਹਮੇਸ਼ਾ ਜਵਾਬ ਕਿੰਨਾ ਆਉਂਦਾ? 1। ਕਿਸੇ ਰਕਮ ਨੂੰ ਉਹਦੇ ਜੋੜਾਤਮਕ ਉਲਟ ਨਾਲ ਜੋੜਨ ਤੇ ਜਵਾਬ ਕਿੰਨਾ ਆਉਂਦਾ? 0। ਯਾਦ ਰੱਖੋ। ਅਗਲਾ ਬਹੁਤ ਹੀ ਸੌਖਾ ਹੈ, ਇਹ ਆਪਾਂ 8ਵੀਂ ਜਾ ਕੀਤੇ ਹੈ ਨਾ ਭਰਨ ਵਾਲੇ, ਧਿਆਨ ਨਾਲ ਦੇ। ਹਰ ਸੀਰਤ ਨੇ ਇੱਕ ਚੱਕਰ ਦੇ 2/3 ਹਿੱਸਾ ਕਿੰਨਾ ਹੋਇਆ? ਮੈਥ 2/3 ਕਿਵੇਂ ਲਿਖੂਗੀ ਨੰਬਰ? 2/3। ਵੈਰੀ ਗੁਡ, 2/3, 2/3 ਮਤਲਬ 2/3। ਹਿੱਸੇ, ਹਰ ਸੀਰਤ ਨੇ ਇੱਕ ਚੱਕਰ ਦੇ 2/3 ਹਿੱਸੇ ਦੇ 3/4 ਭਾਗ। ਹੁਣ 3/4 ਕਿੰਨਾ ਬਣ ਗਿਆ? 3/4। ਦੇਖੋ ਉਹੀ ਦੇ, ਤਾਂ ਇੱਥੇ ਆਪਾਂ ਦਾ ਕੀ ਮਤਲਬ ਸੀ? ਦੇ ਦਾ ਮਲਟੀਪਲਾਈ, 2/3 ਹਿੱਸੇ ਦਾ 3/4, 2/3 ਹਿੱਸੇ ਦਾ, ਪਹਿਲਾਂ 2/3 ਲਿਖਿਆ, ਦਾ ਮਤਲਬ ਗੁਣਾ, 3/4 ਮਤਲਬ 3/4 ਨੂੰ ਰੰਗ ਕੀਤਾ ਹੈ। ਹੇਠ ਲਿਖਿਆ ਵਿੱਚੋਂ ਕਿਹੜਾ ਉਸ ਚੱਕਰ ਨੂੰ ਦਿਖਾਉਂਦਾ? ਕਹਿੰਦਾ ਰੰਗ ਕੀਤਾ। ਹੁਣ ਇਹਨੂੰ ਹੱਲ ਕਰੀਏ।
ਦੱਸੋ ਕਿਹੜੇ ਪਾਣੀ ਤੇ ਇਕੱਠੇ ਜਾਂਦੇ ਆ? ਦੋ ਚਾਰੇ ਤਿੰਨ ਦੇ ਪਾਣੀ ਦਾ ਉੱਪਰ ਥੱਲੇ ਇਕੱਠੇ ਗਏ ਹਾਂਜੀ ਦੋ ਏਕਮ ਦੋ ਦੋ ਦੂਣੀ ਚਾਰ ਜਵਾਬ ਕਿੰਨਾ ਆ ਗਿਆ ਇੱਕ ਵਟੇ ਦੋ ਹੁਣ ਕਿਹੜੇ ਚੱਕਰ ਚ ਪੂਰਾ ਅੱਧਾ ਹਿੱਸਾ ਰੰਗ ਕੀਤਾ ਸਮਾਂ ਲੱਗ ਗਈ ਤੇਰਾ ਨੰਬਰ ਕੁਐਸਚਨ ਸੋਹਨ ਨੇ ਸਾਂਝੇਦਾਰੀ ਸਥਾਪਿਤ ਕਰਨ ਲਈ 3,000 ਰੁਪਏ ਅਤੇ ਰਾਮ ਨੇ 9,000 ਰੁਪਏ ਦਾ ਨਿਵੇਸ਼ ਕੀਤਾ ਮਤਲਬ ਮੈਂ ਆਪ 3,000 ਰੁਪਏ ਪਾਏ ਤੁਹਾਡੇ ਤੋਂ 9,000 ਲੈ ਲਿਆ ਟੋਟਲ ਕਿੰਨਾ ਬਣ ਗਿਆ 3,000 ਮੈਂ ਪਾਏ ਤੁਸੀਂ 9,000 ਪਾਏ ਤਾਂ ਟੋਟਲ 12,000 ਰੁਪਏ ਲੈ ਲਿਆ ਤੇ ਉਹਨੂੰ ਨਿਵੇਸ਼ ਕੀਤਾ ਮਤਲਬ ਇੱਕ ਕੁਛ ਵੀ ਕੰਮ ਕਰ ਲਿਆ ਕਿਸੇ ਚ ਪੈਸੇ ਪਾ ਲਏ ਇੱਕ ਸਾਲ ਵਿੱਚ ਉਹਨਾਂ ਨੂੰ 2,000 ਰੁਪਏ ਮੁਨਾਫੇ ਵਜੋਂ ਮਿਲੇ ਜੇਕਰ ਉਹ ਇਸ ਨੂੰ ਆਪਣੇ ਨਿਵੇਸ਼ ਦੇ ਅਨੁਪਾਤ ਵਿੱਚ ਵੰਡਦੇ ਹਨ ਤਾਂ ਹਰੇਕ ਨੂੰ ਕਿੰਨਾ ਮਿਲੇ 3,000 ਰੁਪਏ ਮੈਂ ਪਾਇਆ 9,000 ਮੈਂ ਤੁਹਾਡੇ ਲੈ ਲਿਆ ਟੋਟਲ ਕਿੰਨੇ ਪੈਸੇ ਕੀਤੇ ਲਾ ਕੇ 12,000 ਮੰਨ ਲਓ ਲਾਟਰੀ ਚ ਲਾ ਕੇ 12,000 ਇੱਕ ਸਾਲ ਬਾਅਦ ਮੈਨੂੰ 12,000 ਚ ਕਿੰਨੇ ਦਾ ਫਾਇਦਾ ਹੋ ਗਿਆ 2,000 ਤਾਂ ਕਹਿੰਦਾ ਜਿਹੜਾ 2,000 ਦਾ ਫਾਇਦਾ ਹੋਇਆ ਤਾਂ 2,000 ਰੁਪਏ ਕਿਵੇਂ ਵੰਡਿਆ ਆਪ ਕਿੰਨਾ ਹਿੱਸਾ ਲਿਖਿਆ ਤੇ ਦੂਜੇ ਨੂੰ ਕਿੰਨਾ ਹਿੱਸਾ ਦਿੱਤਾ ਕੋਈ ਗੈਸ ਕਰ ਸਕਦਾ 2,000 ਚੋਂ ਕਿੰਨਾ ਆਪ ਰੱਖਿਆ ਆਪਸ਼ਨ ਦਿੱਤੀਆਂ 500 ਆਪ ਰੱਖਿਆ 1,500 ਦੂਜੇ ਨੂੰ ਦਿੱਤਾ 650 ਆਪ ਰੱਖਿਆ 1,350 ਦੂਜੇ ਨੂੰ ਦਿੱਤਾ 1,000 ਆਪ ਰੱਖਿਆ 1,000 ਦਿੱਤਾ 800 ਆਪ ਰੱਖਿਆ 1,200 ਧਿਆਨ ਨਾਲ ਆਪ ਉਹਨੇ ਕਿੰਨੇ ਹਿੱਸਾ ਪਾਇਆ ਸੀ 3,000 ਹੁਣ 9,000 3,000 ਦਾ ਕਿੰਨਾ ਹਿੱਸਾ ਹੋ ਗਿਆ ਤੀਜਾ 3×3,000 ਹੁੰਦਾ ਨਾ ਯਾਨੀ ਕਿ ਜੇ ਹਰਸੀਰਤ ਨੇ ਮੰਨ ਲਓ ਮੈਂ 3,000 ਇੱਕ ਹਿੱਸਾ ਪਾਇਆ ਤੇ ਤੁਹਾਡੇ ਤੋਂ ਕਿੰਨੇ ਹਿੱਸੇ ਪਵਾ ਦੇ 3,000 ਦੇ 3 ਹਿੱਸੇ ਪਾਏ ਤੁਸੀਂ 3,000 3 ਵਾਰ ਕਰਕੇ 9,000 ਬਣਿਆ ਤਾਂ ਤੁਸੀਂ 3 ਹਿੱਸੇ ਪਾਏ ਮੈਂ ਕਿੰਨੇ ਹਿੱਸੇ ਪਾਏ 1 ਤਾਂ ਹੀ 12,000 ਬਣਿਆ ਹੁਣ 2,000 ਫਾਇਦਾ ਹੋਇਆ ਤਾਂ 2,000 ਨੂੰ ਆਪਾਂ ਐਵੇਂ ਵੰਡਣਾ ਕਿ ਇੱਕ ਹਿੱਸਾ ਮੈਂ ਲਵਾਂਗੀ 3 ਹਿੱਸੇ ਤੁਹਾਨੂੰ ਦਵਾਂਗੀ ਟੋਟਲ ਕਿੰਨੇ ਹਿੱਸੇ ਹੋ ਗਏ 4 ਤਾਂ 2,000 ਨੂੰ 4 ਹਿੱਸਿਆਂ 'ਚ ਵੰਡਣ ਲਈ ਕਿੰਨੇ ਕਿੰਨੇ ਬਰਾਬਰ ਆਣਗੇ 5,500 5,500 4 ਹਿੱਸੇ 2,000 ਦੇ 5,500 ਬਣੇ ਤਾਂ 5,500 ਚੋਂ ਮੈਂ ਕਿੰਨੇ ਹਿੱਸਾ ਪਾਇਆ ਸੀ ਤਾਂ ਮੈਨੂੰ ਤਾਂ ਕੱਲਾ 500 ਮਿਲੂਗਾ ਤਾਂ ਤੁਹਾਨੂੰ ਮੈਂ ਕਿੰਨੇ ਹਿੱਸੇ ਦਊਂਗੀ 3 ਹਿੱਸੇ ਮਤਲਬ ਤੁਹਾਨੂੰ ਜਿੰਨੇ ਦਿੱਤੇ ਮੈਂ ਤਾਂ ਜਵਾਬ ਕਿਹੜਾ ਆ ਗਿਆ ਸਮਝ ਲੱਗ ਗਈ ਪੱਕੀ ਗੱਲ ਚੌਥਾ ਕੁਐਸਚਨ ਇਹ ਤਾਂ ਬਹੁਤ ਹੀ ਸੌਖਾ ਤੁਹਾਡੇ ਸਾਇੰਸ ਦਾ ਕੁਐਸਚਨ ਹੈ ਤੁਸੀਂ ਆਪ ਹੀ ਦੱਸ ਦੋਗੇ ਮਿੰਟੋ ਮਿੰਟ ਇੱਕ ਕਾਰ 120 ਮਿੰਟਾਂ ਵਿੱਚ 90 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ ਕਾਰ ਦੀ ਸਪੀਡ ਪਹਿਲਾਂ ਮੈਨੂੰ ਦੱਸੋ ਸਾਇੰਸ 'ਚ ਸਪੀਡ ਦਾ ਫਾਰਮੂਲਾ ਪੜ੍ਹਿਆ ਹਾਂਜੀ ਕੀ ਹੁੰਦਾ ਯੂਨਿਟ ਦੂਰੀ ਬਟਾ ਸਮਾਂ ਇੰਗਲਿਸ਼ 'ਚ ਡਿਸਟੈਂਸ ਬਟੇ ਟਾਈਮ ਅੱਛਾ ਹੁਣ ਦੂਰੀ ਕਿੰਨੀ ਦਿੱਤੀ ਹੈ 90 ਤੇ ਟਾਈਮ 120 ਧਿਆਨ ਨਾਲ ਹੁਣ ਇੱਥੇ ਤੁਸੀਂ ਗਲਤੀ ਕਰ ਦੋ 120 ਕੀ ਪਿੱਛੇ ਹੈ ਮਿੰਟ ਜਦਕਿ ਇੱਥੇ ਮਿੰਟ ਦੀ ਬਜਾਏ ਕੀ ਦਿੱਤੇ ਹੈ ਆਵਰ ਤਾਂ
ਇਸਦਾ ਮਤਲਬ ਮਿੰਟਾਂ ਨੂੰ ਕਿੰਨੇ ਚ ਬਦਲਣਾ ਪਊਗਾ ਹੁਣ 120 ਮਿੰਟਾਂ ਦੇ ਕਿੰਨੇ ਘੰਟੇ ਤਾਂ 90 ਨੂੰ ਦੋ ਨਾਲ ਕੀ ਕੀਤਾ ਕਿੰਨਾ ਆ ਗਿਆ 47 ਕਿਲੋਮੀਟਰ ਪਰ ਸੈਕਿੰਡ ਆਰ ਘੰਟਾ ਨਾ 50 ਹੀ ਆ ਗਿਆ ਕਿਹੜਾ ਜਵਾਬ ਆਇਆ ਸਮਝ ਲੱਗ ਗਈ 15ਵਾਂ ਕੁਐਸਚਨ ਤੇ ਆ ਜਾ ਦੇਖੋ ਬੜਾ ਦਿੱਤੇ ਜੂਸ ਮੰਨ ਲਓ ਮੇਰੇ ਕੋਲ ਇੱਕ ਜੂਸ ਹੈ ਜੂਸ ਦਾ 1/3 ਹਿੱਸਾ ਪੀਣ ਤੋਂ ਬਾਅਦ ਮੈਂ ਜੂਸ ਦਾ ਗਲਾਸ ਮੰਗਵਾਇਆ ਉਹਦਾ ਕਿੰਨਾ ਹਿੱਸਾ ਪੀ ਲਿਆ 1/3 ਹੁਣ 1/3 ਹਿੱਸਾ ਮੈਂ ਉਹ ਜੂਸ ਦਾ ਕਿਵੇਂ ਮੰਨੂਗੀ ਜਦੋਂ ਵੀ ਹਿੱਸਾ ਕੱਢਣਾ ਹੋਵੇ ਮੰਨ ਲਓ ਮੈਂ ਕਹਿੰਦੀ ਕਿ ਮੈਂ ਤੁਹਾਡਾ ਹਿੱਸਾ ਕੱਢਣਾ ਤਾਂ ਹਮੇਸ਼ਾ 1/4 ਘਟਾਈ ਕਿੰਨੇ ਚੋਂ ਘਟਾਈਦਾ 1/4 ਯਾਨੀ ਕਿ 1/4 1/3 ਹਿੱਸਾ ਮੈਂ ਪੀ ਲਿਆ ਤਾਂ ਫਿਰ ਕਿੰਨਾ ਬਚਿਆ ਪਹਿਲਾਂ ਮੈਂ ਇਹ ਕੱਢੂਗੀ ਗਲਾਸ ਕਿੰਨਾ ਹਿੱਸਾ ਜੂਸ ਬਚਿਆ ਤਾਂ ਉਹਨੂੰ 1/4 ਕੀ ਕਰੂੰਗੀ ਘਟਾਉਂਗੀ ਤਾਂ ਕਿਵੇਂ ਕਰੀਦਾ ਇਹਦਾ ਕਿਹੜਾ ਤਰੀਕਾ ਗਲਾਸ ਦੇ 1 ਹਿੱਸੇ ਵਿੱਚੋਂ ਮੈਂ 1/3 ਹਿੱਸਾ ਜੂਸ ਦਾ ਪੀ ਲਿਆ ਤਾਂ ਕਿੰਨਾ ਹਿੱਸਾ ਬਚਿਆ 2/3 ਹੁਣ ਕਹਿੰਦਾ ਪੀਣ ਤੋਂ ਬਾਅਦ ਜਸਪ੍ਰੀਤ ਨੇ ਬਾਕੀ ਬਚੇ ਜੂਸ ਦਾ 1/3 ਹਿੱਸਾ ਕਿਹਨੂੰ ਦੇਤਾ ਹੁਣ ਦੇਖੋ 2/3 ਹਿੱਸਾ ਬਚਿਆ 2/3 ਹਿੱਸੇ ਦਾ 1/3 ਹਿੱਸਾ ਗੁਨੀਤ ਨੂੰ ਦੇਤਾ ਤਾਂ ਹੁਣ ਦੱਸੋ ਇੱਥੇ ਕਿਹੜਾ ਨਿਸ਼ਾਨ ਲਾਉਂਗੀ ਮਲਟੀਪਲਾਈ 2/3 ਗੁਣਾ 1/3 ਇਹ ਕਿਵੇਂ ਗੁਣਾ ਕਰਨਾ ਹੈ ਜਵਾਬ ਆਉਂਦਾ ਹਾਂ ਹੁਣ ਕਰੋ ਕਿੰਨਾ ਜਵਾਬ ਆਊਗਾ 2/9 ਗੁਨੀਤ ਨੂੰ ਜੂਸ ਦਾ ਕਿੰਨਾ ਹਿੱਸਾ ਮਿਲਿਆ ਕਿਹੜਾ ਜਵਾਬ ਆਇਆ ਸਮਝ ਲੱਗ ਗਈ ਇਹ ਆਪਣੀ ਵੀਕਲੀ ਸ਼ੀਟ 4 ਨੰਬਰ